ਗੱਲ ਕਰਦੇ ਹਾਂ ਮੌਸਮ ਦੀ। ਸਰੀ ਕੈਨੇਡਾ ਵਿੱਚ ਮੌਸਮ ਵਿੱਚ ਭਾਰੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਅਤੇ ਤੂਫਾਨ ਦੇ ਆਉਣ ਦੇ ਨਾਲ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਪੇਸ਼ ਹੈ ਸਰੀ ਤੋਂ ਸਾਡੀ ਇੱਕ ਖਾਸ ਰਿਪੋਰਟ। ਸਰੀ ਕੈਨੇਡਾ ਵਿੱਚ ਵਾਤਾਵਰਨ ਬਹੁਤ ਹਿਲਜੁਲ ਵਿੱਚ ਹੈ, ਤੂਫਾਨ ਆ ਰਿਹਾ ਹੈ। ਸਰੀ ਵਿੱਚ ਵੈਦਰ ਬਹੁਤ ਖਰਾਬ ਹੋ ਚੁੱਕਾ ਹੈ। ਕ੍ਰਿਸਮਸ ਨੂੰ ਲੈ ਕੇ ਲੋਕ ਇੰਤਜ਼ਾਰ ਕਰ ਰਹੇ ਸਨ ਕਿ ਸੈਂਟਾ ਆਏਗਾ ਜਾਂ ਬਰਫ਼ਬਾਰੀ ਹੋਏਗੀ, ਪਰ ਇਸ ਵਾਰ ਤਾਂ ਬਰਫ਼ਬਾਰੀ ਦੀ ਜਗ੍ਹਾ ਤੂਫਾਨ ਆ ਰਿਹਾ ਹੈ, ਜਿਸ ਕਰਕੇ ਬਹੁਤ ਵੱਡੇ ਵੱਡੇ ਦਰਖਤ ਵੀ ਜੜ੍ਹਾਂ ਤੋਂ ਪੁੱਟੇ ਗਏ ਨੇ। ਇਸ ਦੇ ਨਾਲ ਕਈ ਘਰਾਂ ਦਾ ਵੀ ਨੁਕਸਾਨ ਹੋਇਆ ਹੈ, ਘਰਾਂ ਦੀਆਂ ਛੱਤਾਂ ਵੀ ਟੁੱਟ ਗਈਆਂ ਨੇ। ਕਈ ਜਗ੍ਹਾ ਇਸ ਤੂਫਾਨ ਦੇ ਕਾਰਨ ਰੋਡ ਵੀ ਬਲੌਕ ਹੋ ਗਏ ਨੇ ਅਤੇ ਵੱਡੇ ਵੱਡੇ ਜਾਮ ਵੀ ਵੇਖਣ ਨੂੰ ਮਿਲ ਰਹੇ ਨੇ। ਖਰਾਬ ਮੌਸਮ ਦੇ ਚੱਲਦਿਆਂ ਕਈ ਘਰ ਬਿਜਲੀ ਤੋਂ ਵੀ ਵਾਂਝੇ ਹੋ ਚੁੱਕੇ ਨੇ ਅਤੇ ਹਨੇਰੇ ਵਿੱਚ ਬੈਠਣ ਦੇ ਲਈ ਪਰਿਵਾਰ ਮਜਬੂਰ ਨੇ। ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਸਰੀ ਕੈਨੇਡਾ ਤੋਂ ਓਅੰਕਾਰ ਸਿੰਘ ਦੀ ਰਿਪੋਰਟ।